तुम्हें पता है 3-4 घंटों में शादी की कितनी तैयारियां हो जाती है। मम्मी जी, मैं भी तो शादी की तैयारी के लिए ही जा रही हूँ। अभी तक मैंने 5 साड़ी 4 सेट ओए गॉड तो खा गए। ਮੇਰਾ ਨਾਮ ਸ਼ੈਰੀ ਖੁੱਲਰ ਹੈ। ਅੱਜ ਕੀ ਇਹਦਾ ਪ੍ਰੋਗਰਾਮ ਹੈ? ਸਿੱਖਾ ਗਿਆ ਵਾ ਇੱਥੇ ਕੀ ਕੀ ਲਈ ਮਿਲ ਕੇ ਦਿੱਤਾ? ਇੱਥੇ ਅਸੀਂ ਆਪਣੇ ਸੱਭਿਆਚਾਰ ਨੂੰ ਲੈ ਕੇ ਸਭ ਕੁਛ ਅਰੇਂਜ ਕੀਤਾ ਹੈ। ਸਾਡੀ ਪੂਰੀ ਕੋਸ਼ਿਸ਼ ਸੀ ਕਿ ਜਿੰਨਾ ਸਾਡੇ ਕੋਲ ਇੱਥੋਂ ਅਵੇਲੇਬਲ ਹੋ ਸਕੇ ਅਸੀਂ ਸਾਰੀ ਅਰੇਂਜਮੈਂਟਸ ਕੀਤੀਆਂ ਨੇ, ਤੇ ਖਾਣਾ ਪੀਣਾ ਨੱਚਣਾ ਗੇਮ ਸਭ ਕੁਛ ਅਰੇਂਜ ਕੀਤਾ ਸੀ। ਕਿੰਨੀ ਕੁ ਲੇਡੀਜ਼ ਦਾ ਪਾਰਟਿਸਿਪੇਟ ਕੀਤਾ? ਲਾਈਕ 55-60 ਲੇਡੀਜ਼ ਹੈਗੀ ਨੇ ਜਿਨ੍ਹਾਂ ਨੇ ਸਾਡੇ ਨਾਲ ਇਸ ਸਮਾਗਮ 'ਚ ਸਾਥ ਦਿੱਤਾ। ਸਾਡਾ ਤੀਆਂ ਦਾ ਤਿਉਹਾਰ ਬਣਾ ਰਹੇ ਹੋ, ਤੀਆਂ ਕੀ ਹੁੰਦੀਆਂ ਨੇ, ਕਿਉਂ ਬਣਾਈ ਜਾਂਦੀਆਂ? ਤੀਆਂ ਇੱਕ ਪੰਜਾਬ ਦਾ ਇਹੋ ਜਿਹਾ ਤਿਉਹਾਰ ਹੈ ਜਿੱਥੇ ਮਤਲਬ ਸੱਸਾਂ ਨੂੰਹਾਂ ਸਭ ਇਕੱਠੇ ਹੋ ਕੇ ਇੱਕ ਦੂਜੇ ਨਾਲ ਮਨਾਉਂਦੇ ਨੇ। ਭਰਾ ਪੇਕੇ ਆਪਣੀ ਧੀਆਂ ਨੂੰ ਵਿਆਹੀਆਂ ਹੋਈਆਂ ਧੀਆਂ ਨੂੰ ਸੰਧਾਰਾ ਦੇ ਕੇ ਜਾਂਦੇ ਨੇ, ਜਿਹਦੇ 'ਚ ਮਤਲਬ ਪੀਂਘਾਂ ਪਾਉਂਦੀਆਂ ਨੇ। ਸਾਵਣ 'ਚ ਮਤਲਬ ਇੱਕ ਤਰੀਕੇ ਨਾਲ ਸਾਵਣ ਦਾ ਮੌਸਮ ਨੂੰ ਇੰਜੋਏ ਕਰਦੇ। ਸੱਗੀ ਫੁੱਲ ਹੋ ਗਏ, ਸੱਗੀ ਫੁੱਲ ਕਿਹਨੂੰ ਕਹਿੰਦੇ ਨੇ ਤੁਸੀਂ ਪਤਾ? ਸੱਗੀ ਫੁੱਲ ਹੁੰਦਾ ਹੈ ਅੱਜ ਇਹਨਾਂ ਨੇ ਪਾਇਆ, ਇਹਨੂੰ ਸੱਗੀ ਫੁੱਲ ਕਹਿੰਦੇ ਨੇ। ਤੇ ਫੁਲਕਾਰੀ ਕਿਹਨੂੰ ਕਹਿੰਦੇ ਨੇ? ਫੁਲਕਾਰੀ ਇਹਨਾਂ ਨੇ ਲਿੱਤੀ ਹੈ। ਕੀ ਕੰਮ ਆਉਂਦੀ ਹੈ ਇਹ? ਪੰਜਾਬੀ ਸੱਭਿਆਚਾਰ ਦੀ ਹੈ ਫੁਲਕਾਰੀ, ਸਾਡਾ ਸਿਰ ਟੱਕਰ ਨੂੰ ਸਾਡੀ ਇੱਕ ਪੰਜਾਬ ਦੀ ਸਭ ਤੋਂ ਬੜੀ ਸ਼ਾਨ ਹੈ ਫੁਲਕਾਰੀ। ਤੇ ਅੱਜ ਤੁਸੀਂ ਕੀ ਕੀ ਇੰਜੋਏਮੈਂਟ ਕੀਤਾ? ਅਸੀਂ ਫਿਲਹਾਲ ਤੱਕ ਤਾਂ ਅਸੀਂ ਗੇਮਸ ਖੇਲੀਆਂ ਸਾਰੀਆਂ, ਅਸੀਂ ਡਾਂਸ ਕਰ ਚੁੱਕੇ ਹਾਂ, ਅਸੀਂ ਢੋਲ ਤੇ ਬੋਲੀਆਂ ਪਾ ਚੁੱਕੇ ਹਾਂ, ਅਸੀਂ ਸਾਰਿਆਂ ਨੂੰ ਗਿਫਟ ਡਿਸਟ੍ਰੀਬਿਊਟ ਕਰ ਚੁੱਕੇ ਹਾਂ, ਖਾਣਾ ਪੀਣਾ ਵੀ ਨਾਲ ਨਾਲ ਚੱਲੀ ਜਾਂਦਾ ਸਾਡਾ। ਪਹਿਲਾਂ ਵੀ ਕਦੇ ਤੀਆਂ ਦੇ ਹੱਥ ਦੀ ਇੰਜੋਏ ਕੀਤਾ ਜਾਂ ਫਸਟ ਟਾਈਮ? ਨਹੀਂ, ਮੈਨੂੰ ਇੱਥੇ 6 ਸਾਲ ਹੋ ਗਏ ਨੇ ਤੇ 6 ਸਾਲਾਂ 'ਚ ਮੈਂ ਹਰ ਏਜ ਗਰੁੱਪ ਨਾਲ ਹਰ ਕਿਸੇ ਨਾਲ ਇਹ ਤੀਆਂ ਦਾ ਤਿਉਹਾਰ ਇੰਜੋਏ ਕੀਤਾ ਹੈ। ਬੱਚੇ ਵੀ ਆਏ, ਬੱਚੇ ਨੇ ਰੰਗ ਬੰਗੇ ਦੱਸਿਆ ਬਈ ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਮਤਲਬ ਮਾਵਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀਏ, ਉਹਨਾਂ ਨੂੰ ਸੂਟ ਪਵਾਈਏ, ਪਰਾਂਦੇ ਪਵਾਈਏ, ਤਾਂ ਉਹਨਾਂ ਨੇ ਵੀ ਵਧੀਆ ਕੋਸ਼ਿਸ਼ ਕੀਤੀ ਹੈ ਕਿ ਸੱਭਿਆਚਾਰ ਨਾਲ ਜੋੜੀਏ ਬੱਚਿਆਂ ਨੂੰ। ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਿਆ? ਅੱਜ ਦੇ ਪ੍ਰੋਗਰਾਮ 'ਚ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ, ਦੇਖੋ ਕਿ ਇਹਨਾਂ ਨੇ ਤੀਜ ਦਾ ਤਿਉਹਾਰ ਸਮਝ ਕੇ ਆਪਣੇ ਆਪ ਨੂੰ ਪ੍ਰੋਪਰ ਅਟਾਇਰ ਦਿੱਤਾ ਹੈ ਕਿ ਸੂਟ ਹੋਵੇ, ਸੱਗੀ ਫੁੱਲ ਹੋਵੇ, ਤਵੀਤੀ ਹੋਵੇ, ਸਭ ਕੁਝ ਹੋਵੇ, ਤਾਂ ਅਟਾਇਰ ਦੇ ਅਕੋਰਡਿੰਗ। ਤੇ ਇੱਕ ਹੁੰਦਾ ਕਿ ਪ੍ਰਾਈਸ 'ਤੇ ਇੱਕ ਲਾਲਚ ਹੁੰਦਾ ਕਿ ਆਪਾਂ ਬੰਦਿਆਂ ਨੂੰ ਸੱਭਿਆਚਾਰ ਨਾਲ ਜੋੜੀਏ, ਤਾਂ ਅਸੀਂ ਉਸ ਚੀਜ਼ ਲਈ ਪ੍ਰਾਈਜ਼ ਰੱਖਿਆ ਤੇ ਲੋਕ ਉਸ ਅਟਾਇਰ 'ਚ ਆਏ ਨੇ। ਵਧੀਆ ਮੈਂ ਸਿਰਫ ਇੱਕ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਰੇ ਇੱਕ ਦੂਜੇ ਨਾਲ ਰਲੋ, ਮਿਲੋ ਤੇ ਮਿਲ ਤਿਉਹਾਰ ਮਿਲ ਕੇ ਮਨਾਉਣ ਦਾ ਹੀ ਹੁੰਦਾ, ਘਰੇ ਬਹਿ ਕੇ ਮਨਾਉਣ ਦਾ ਕੋਈ ਤਿਉਹਾਰ ਨਹੀਂ। ਸਾਰੇ ਮਿਲ ਕੇ ਆਓ ਤੇ ਤਿਉਹਾਰ ਮਨਾਓ। ਥੈਂਕ ਯੂ। ਕੀ ਨਾਮ ਤੁਹਾਡਾ? ਨਿਸ਼ਾ ਗੁਪਤਾ। ਤੇ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ, ਤੁਸੀਂ ਕਿਸ ਚੀਜ਼ 'ਚ ਪਾਰਟਿਸਿਪੇਟ ਕੀਤਾ? ਅਸੀਂ ਸੱਸ ਨੂੰ ਦੀ ਛੋਟੀ ਜਿਹੀ ਇੱਕ ਨੋਕ ਜੋਕ ਲੈ ਕੇ ਆਏ ਸੀ, ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਸਾਨੂੰ ਬਹੁਤ ਮਜ਼ਾ ਆਇਆ। ਉਹਦੇ ਵਿੱਚ ਕੀ ਦੇਖਣ ਨੂੰ ਮਿਲਿਆ, ਕੀ ਦਿਖਾਇਆ? ਉਹਦੇ ਵਿੱਚ ਇਹ ਅਸੀਂ ਦਿਖਾਇਆ ਕਿ ਸੱਸ ਅੱਜ ਕੱਲ੍ਹ ਦੀ ਜਨਰੇਸ਼ਨ ਜਿਹੜੀ ਹੈ ਉਹ ਸੱਸ ਨੂੰ ਵੀ ਸਮਝਣਾ ਚਾਹੀਦਾ, ਟਾਈਮ ਚੇਂਜ ਹੋ ਗਿਆ ਕਿ ਸੱਸ ਨੂੰ ਆਪਣੀ ਹੀ ਨਹੀਂ ਕੁਬਾਣੀ ਚਾਹੀਦੀ, ਨੂੰਹ ਦੀ ਵੀ ਸੁਣਨੀ ਚਾਹੀਦੀ ਹੈ ਤੇ ਨੂੰਹ ਨੂੰ ਵੀ ਸੱਸ ਨੂੰ ਸਮਝਣਾ ਚਾਹੀਦਾ, ਸੱਸ ਨੂੰ। ਖੱਟੀ ਮਿੱਠੀ ਨੋਕ ਜੋਕ ਤਾਂ ਸਭ ਦੇ ਚੱਲਦੀ ਰਹਿੰਦੀ ਹੈ, ਉਹ ਕੋਈ ਗੱਲ ਨਹੀਂ। ਹਾਂ, ਮਤਲਬ ਪਿਆਰ ਬਣਾ ਕੇ ਰੱਖੋ ਆਪਣੇ। ਅਸੀਂ ਕਾਫੀ ਤੀਆਂ ਦੇ ਤਿਉਹਾਰ ਬਣਾ ਚੁੱਕੇ ਹਾਂ ਪਰ ਅਸੀਂ ਸਾਡਾ ਇੱਥੇ ਅੱਜ ਫਸਟ ਹੈ।
ਅਸੀਂ ਇਹ ਸੋਚਿਆ ਕਿ ਅਸੀਂ ਸ਼ੁਰੂਆਤ ਕਰਦੇ ਹਾਂ ਇੱਕ, ਕਿਵੇਂ ਸਾਨੂੰ ਰਿਸਪੌਂਸ ਮਿਲਦਾ, ਤੇ ਉਸ ਹਿਸਾਬ ਨਾਲ ਹੁਣ ਅਸੀਂ ਅੱਗੇ ਤੋਂ ਮਨਾਇਆ ਕਰਾਂਗੇ। ਬੋਲੀ ਆਉਂਦੇ ਪੀਆਂ ਨੂੰ ਲੈ ਕੇ ਬੋਲੀ ਸੱਗੀ ਫੁੱਲ, ਹਾਂਜੀ ਇਹਨਾਂ ਨੇ ਲਗਾਇਆ ਹੋਇਆ। ਸੱਗੀ ਫੁੱਲ ਪੁਰਾਣੇ ਜ਼ਮਾਨੇ ਚ ਕਿਸ ਕੰਮ ਆਉਂਦੇ ਸੀ? ਸ਼ਿੰਗਾਰ ਕਰਨ ਦੇ ਆਉਂਦੇ ਸੀ ਆਪਣਾ, ਮੇਰਾ ਖਿਆਲ ਤਾਂ ਇਹ ਹੈ। ਸਾਵਣ ਦੇ ਮਹੀਨੇ ਇੱਕ ਪਕਵਾਨ ਬਣਾਇਆ ਜਾਂਦਾ ਕੁਛ, ਹਾਂਜੀ ਖੀਰ ਪੂੜੇ। ਹਾਂਜੀ ਸੱਗੀ ਬਣਾਇਆ ਤੁਸੀਂ? ਹਾਂਜੀ ਹਾਂਜੀ ਸਾਡੇ ਘਰ ਤਾਂ ਬਣਦੇ ਹੀ ਬਣਦੇ ਆ, ਸਾਡੇ ਤਾਂ ਹਰ ਮਤਲਬ ਤੀਆਂ ਤੇ ਜ਼ਰੂਰੀ ਹੈ, ਕੰਪਲਸ਼ਨ ਹੈ ਖੀਰ ਪੂੜਿਆਂ ਦਾ। ਕੀ ਕਹਿਣਾ ਚਾਹੁੰਦੇ ਆਂ ਲਾਸਟ ਵਿੱਚ ਕੁੜੀਆਂ? ਅਸੀਂ ਇਹੀ ਕਹਿਣਾ ਚਾਹੁੰਦੇ ਬਸ ਰਲ ਮਿਲ ਕੇ ਇੰਜੋਏ ਕਰੋ ਸਾਰੇ ਜਣੇ, ਬਸ ਸਾਰੇ ਖੁਸ਼ੀ ਖੁਸ਼ੀ ਆਪਣੇ ਘਰ ਜਾਣ, ਸਾਨੂੰ ਤਾਂ ਸਾਡਾ ਤਾਂ ਹੀ ਇਹ ਤੀਆਂ ਸਾਡੀ ਸਫਲ ਹੋਣਗੀਆਂ। ਜਿਹੜਾ ਕਿੰਨੇ ਟਾਈਮ ਤੱਕ ਚੱਲੂਗਾ? ਬਸ 15-20 ਮਿੰਟ ਹੋਰ ਚੱਲਣਾ। ਕੀ ਨਾਮ ਹੈ? ਮੇਰਾ ਨਾਮ ਪ੍ਰਿਆ ਅਗਰਵਾਲ ਹੈ। ਮੈਂ ਤੀਆਂ ਬਾਰੇ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਪਹਿਲਾਂ ਮੇਰੇ ਵਿਆਹ ਨੂੰ 7 ਸਾਲ ਹੋ ਗਏ, ਮੈਂ ਅੱਜ ਤੱਕ ਕਦੇ ਤੀਆਂ ਦਾ ਤਿਉਹਾਰ ਮਨਾਇਆ ਨਹੀਂ ਆਫਟਰ ਮੈਰਿਜ, ਇਹ ਮੇਰਾ ਪਹਿਲਾ ਤਿਉਹਾਰ ਹੈ। ਅਤੇ ਮੈਨੂੰ ਖੁਦ ਨੂੰ ਐਵੇਂ ਲੱਗ ਰਿਹਾ ਕਿ ਅੱਜ ਕੱਲ੍ਹ ਦੀ ਪੀੜ੍ਹੀ ਹੈ ਮਾਡਰਨ ਪੀੜ੍ਹੀ ਹੈ, ਕਿ ਆਪਾਂ ਮਤਲਬ ਮਾਡਰਨ ਕਲਚਰ ਸਟਾਰਟ ਹੋ ਗਿਆ, ਪਰ ਆਪਾਂ ਨੂੰ ਆਪਣਾ ਪੰਜਾਬੀ ਕਲਚਰ ਨਹੀਂ ਭੁੱਲਣਾ ਚਾਹੀਦਾ, ਅਤੇ ਮਤਲਬ ਹਰ ਸਾਲ ਆਪਾਂ ਨੂੰ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ। ਅੱਜ ਤੁਸੀਂ ਕਿਸ ਤਰ੍ਹਾਂ ਇੰਜੋਏ ਕਰ ਰਹੇ ਹੋ ਜਿੱਦਾਂ ਪੰਜਾਬੀ ਕਲਚਰ ਲੈ ਕੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦੀ ਵੀ ਆਓ ਪੰਜਾਬੀ ਕਲਚਰ ਆਪਾਂ ਰਲ ਮਿਲ ਕੇ ਮਨਾਈਏ, ਆਪਾਂ ਸਭ ਨੂੰ ਕਹੀਏ ਕਿ ਆਪਣਾ ਪੰਜਾਬੀ ਦਾ ਕਲਚਰ ਦੁਬਾਰਾ ਵਾਪਿਸ ਲੈ ਕੇ ਆਈਏ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।